ਤੇ ਅਖੀਰ ਦਾ ਇਨਸਾਫ ਪੈ ਜਾਂਦੇ ਨੇ ਫਕੀਰ ਨੂੰ ਰਹਿਮ ਆ ਗਿਆ। ਜਦੋਂ ਵੇਖੋਗੇ ਨਾ ਵੀ ਇਹ ਪੱਕਾ ਹੋ ਗਿਆ ਤੇ ਫਿਰ ਫਕੀਰ ਦਾ ਕੰਮ ਨਹੀਂ ਕਿ ਖਾ ਦਿੱਤਾ, ਨਹੀਂ ਉਹ ਨਹੀਂ ਫਿਰ ਉਹ ਸਿਰਫ ਅਕੀਦਾ ਵੇਂਦਾ ਆਇਆ ਇਹ ਤੇ ਮੈਂ ਵੀ ਲੈ ਕੇ ਹੀ ਜਾਣਾ ਤੇ ਫਿਰ ਨਹੀਂ ਉਹ ਖਾ ਦਿੱਤਾ। ਤੇ ਟਾਈਮ ਸਾਹਿਬ ਪਿਆਂਦੇ ਨੇ ਫਕੀਰ ਨੂੰ ਰਹਿਮ ਆ ਗਿਆ ਤੇ ਕਿਵੇਂ ਆਇਆ। ਹਾਂ ਰਹਿਮ ਦਿਲ ਫਕੀਰ ਨੂੰ ਰਹਿਮ ਆਇਆ, ਸੋਹਣਾ ਰਹਿਮਤਾਂ ਦਾ ਫੇਰਾ ਮਾਰਿਆ ਸੂ ਬਦਰਗਾ ਬਾਰੀ ਬਾਰੀ ਖੋਲ ਕੇ ਤੇ ਉਹਦਾ ਅਰਜ਼ ਸਵਾਲ ਪੁਕਾਰਿਆ ਸੂ ਤੇ ਹੋਈ ਅਰਜ਼ ਅਕਬੂਲ ਦਰਗਾਹ ਅੰਦਰ ਬੇੜਾ ਡੁੱਬਿਆ ਕਰਮ ਥੀ ਤਾਰਿਆ ਸੂ ਤੇ ਗੋਇਓ ਕੀਤੋ ਸੂ ਫੇਰ ਹਯਾਤ ਮੁਰਦਾ ਓਏ ਆਜ਼ਮ ਇਸਮ ਨੂੰ ਖੂਬ ਚਤਾਰਿਆ ਸੂ ਤੇ ਉੱਤੇ ਲੋਹੇ ਮਹਿਫੂਜ਼ ਦੇ ਕਲਮ ਲੈ ਕੇ ਹੱਥੀਂ ਲਿਖ ਕੇ ਕੰਮ ਗਵਾਰਿਆ ਸੂ ਆਖਿਆ ਨਾ ਟਾਈਮ ਨੇ ਹੈ ਯੇ ਜਹਾਂ ਕਿਆ ਚੀਜ਼ ਹੈ ਲੋਹੇ ਕਲਮ ਤੇਰੇ ਹੈ ਤੇ ਸ਼ੀਸ਼ਾ ਮੁਗਲ ਦੇ ਓਏ ਕਲਬ ਦਾ ਥੇ ਆਈ ਰੋਸ਼ਨ ਨਿਗਾਹ ਨਾਲ ਜ਼ੰਗਾਰ ਤਾਰਿਆ ਸੂ ਤੇ ਤੇਰਾ ਫੱਬਿਆਈ ਓਏ ਢੋ ਮੁਗਲਟਿਆ ਓਏ ਨਾਰਾਹੂ ਦਾ ਮਾਰ ਲਲਕਾਰਿਆ ਸੂ ਓਏ ਦਾਇਮ ਯਾਰ ਫਿਰਾਂ ਜ਼ੁਲਮਾਤ ਅੰਦਰ ਕੋਇਆ ਤਾਜ ਮਹਲ ਉਸਾਰਿਆ ਸੂ ਜਿਸ ਟਾਈਮ ਸਹਿਲ ਮਨਜ਼ੂਰੀ ਹੋ ਗਈ ਨਾ ਤੇ ਫਿਰ ਫਕੀਰ ਨੇ ਥਾਪੜਾ ਲਾਇਆ ਅਲੀ ਬੇਗ ਨੂੰ ਤੇ ਕੀ ਆਖਦਾ ਪਿਆ ਓਏ ਉੱਠ ਜਾ ਮੀਆਂ ਓਏ ਤੇਰੀ ਪੁਸ਼ਟ ਵਿੱਚੋਂ ਸੂਰਤ ਮੰਦ ਫਰਦੰਦ ਜ਼ਰੂਰ ਹੋਦੀ ਤੇਰਾ ਮੁਹੱਲ ਮੁਕਾਨ ਆ ਤਰੀਕ ਮੰਜ਼ਲ ਉਹਦੇ ਹੁਸਨ ਕੋਲੋਂ ਨੂਰੋ ਨੂਰ ਸੀ ਤੇ ਉਹਦੇ ਸੁਰਖ ਰੁਖਸਾਰ ਦੀਆਂ ਤੱਕ ਝਲਕਾਂ ਨਾਜ ਅੰਦਰ ਦੂਰ ਗਰੂਰ ਸੀ ਤੇ ਯੂਸਫ ਵਾਂਗ ਸੋਹਣਾ ਓਏ ਲਾਟਾ ਮਾਰ ਸੀ ਗਾ ਉੱਪਰ ਹੁਸਨ ਵਹਿਮੀ ਮੁਲਕੋ ਹੂਰਿਓ ਸੀ ਤੇ ਉਹਦੇ ਇਲਮ ਤੇ ਅਕਲ ਦਾ ਹੋਈ ਸ਼ੋਰਾ ਓਏ ਅਫਲਾਤੂਨ ਦਾ ਤੁਰੇ ਸ਼ਹੂਰਿਓ ਸੀ ਲੱਗੇ ਭਾਗ ਤੈਨੂੰ ਓਏ ਮੁਗਲਟਿਆ ਓਏ ਤੇਰੇ ਘਰ ਇਸਰਾਰ ਜ਼ਰੂਰ ਸੀ ਤੇ ਯਾਰਾਂ ਸਾਲ ਬਾਰਾਂ ਅੰਦਰ ਹੱਥ ਤੇਰਾ ਓਏ ਅੰਤ ਚੌਦਵੇਂ ਸਾਲ ਫਤੂਰ ਸੀ ਤੇ ਜਾਸੀ ਸੈਰ ਨੂੰ ਘਰੋ ਉਦਾਸ ਹੋ ਕੇ ਜਦੋਂ ਅਮਰਿਆ ਰੱਬ ਗਫੂਰਿਓ ਸੀ ਤੇ ਦਿੱਲੀ ਕਸ਼ਫ ਹੋਸੀ ਜਾਸੀ ਤਰਫ ਦਿੱਲੀ ਦੂਰ ਦਿਲ ਸੀ ਚੈਨ ਸਰੂਰਿਓ ਸੀ ਤੇ ਲੈਸੀ ਲੁੱਟ ਚਨਾਬ ਦੀ ਲਹਿਰ ਉਹਨੂੰ ਵਿੱਚ ਇਸ਼ਕ ਮਜਾਜ ਭਰ ਪੂਰਿਓ ਸੀ ਇੱਕ ਵੇਖ ਮਹਿਬੂਬ ਮਰਬੂਬ ਸੋਹਣਾ ਉੱਤੇ ਝਲਕ ਮਜਬੂਬ ਉਹ ਮਜੂਰਿਓ ਸੀ ਤੇ ਮੱਥੇ ਉਸ ਦੇ ਇਸ਼ਕ ਦਾ ਓਏ ਨੂਰ ਅਖਤਰ ਉਹਦਾ ਇਸ਼ਕ ਦਰਗਾਹ ਮਨਜ਼ੂਰ ਸੀ ਤੇ ਤੋਪ ਇਸ਼ਕ
ਸਿੱਖ ਦੀ ਚੱਲ ਸੀ ਗੱਜ ਪੌਸੀ ਕਿਲਾ ਖੁਦੀ ਵਾਲਾ ਚੂਰੋ ਚੂਰਿਓ ਸੀ ਇੱਕ ਜ਼ਾਤ ਹਮਜ਼ਾਤ ਦੋ ਨਕਸ਼ੇ ਸਣ ਓਏ ਅਲਫ ਮੀਮ ਦੇ ਵਿੱਚ ਮਸੂਰਿਓ ਸੀ ਤੇ ਸਾਕੀ ਹੁਸਨ ਦਾ ਓ ਕਰੇਗਾ ਮਿਹਰਬਾਨੀ ਮਸਤ ਨੈਨਾ ਵਿੱਚ ਮਸਤ ਮਖਮੂਰਿਓ ਸੀ ਤੇ ਕਰਸੀ ਖੂਬ ਰਿਆਸਤਾਂ ਵਸਲ ਕਾਰਨ ਮਸਕੀਨ ਗਰੀਬ ਮਜ਼ਦੂਰਿਓ ਸੀ ਪਰ ਅੱਗੋਂ ਅਮਰ ਨਾਈ ਮੈਨੂੰ ਦੱਸਣੇ ਦਾ ਵੈਸ਼ੀ ਦੀਵਾਨਾ ਏ ਮਜ਼ੂਰਿਓ ਸੀ ਤੇ ਟਾਈਮ ਯਾਰ ਜੇ ਓਏ ਅਗਲਾ ਭੇਟ ਖੁੱਲੇ ਤੇਰਾ ਹੁਣੇ ਰੂਏ ਮਫਰੂਰਿਓ ਸੀ ਫਕੀਰ ਨੇ ਦੱਸ ਵੀ ਸਭ ਕੁਝ ਛੱਡਿਆ ਪਰ ਐਂਡ ਨਹੀਂ ਦੱਸਿਆ ਕਿ ਉਹਦਾ ਕੀ ਕੋਈ ਹੈ ਆਖਿਆ ਜੇ ਉਹ ਦੱਸਾਂ ਤੇ ਤੂੰ ਤੇ ਜਿਉਂਦਿਆਂ ਹੋਣੇ ਮਰ ਜਾ ਹੈ ਅੱਛਾ ਉਹਨੂੰ ਹੀ ਬੰਦ ਕਰ ਮੂਰੀ ਲਾ ਕੋਈ ਕੱਢ ਕੇ ਕੋਈ ਅੱਜ ਦਾ ਨਵਾਂ ਨਹੀਂ ਪੰਥੇ ਦਾ ਇਸ਼ਕ ਦਾ ਕੋਈ ਅੱਜ ਦਾ ਨਵਾਂ ਨਹੀਂ ਪੰਥੇ ਦਾ ਇਸ਼ਕ ਅੰਦਰ ਹੀ ਬੱਤੀਆਂ ਦਾ ਆਇਆ ਉਹ ਸੂਰਤ ਅਲਫ ਦੀ ਹੋ ਕੇ ਰਿਹਾ ਮੱਖੀ ਸੂਰਤ ਅਲਫ ਦੀ ਹੋ ਕੇ ਰਿਹਾ ਮੱਖੀ ਅੰਤ ਮੀਮ ਦਾ ਵੇਸ ਵਟਾ ਕਾਇਮ ਕੋਈ ਛੱਡ ਛੱਡ ਨਹੀਂ ਮੈਂ ਨਾ ਕੀ ਬਾਤ ਹੈ ਬੜਾ ਦਾਨ ਆ ਗਿੜਿਆ ਹੈ ਸੀ ਆਪੇ ਨਬੀ ਪਾਕ ਆਪੇ ਸਾਫ ਆਉਂਦਾ ਫਿਰ ਆਉਂਦਾ ਜੀ ਐਵੇਂ ਅਲਫ ਦਾ ਬੁਰਖਾ ਪਾ ਕੇ ਉੱਥੇ ਖੇਡਿਆ ਹੈ ਇਹ ਵੀ ਭੁਲੇਖਾ ਪਾਇਆ ਉਹ ਮੀਮ ਦਵੇ ਨੂੰ ਨਾ ਕਿਤੇ ਆਪੇ ਹੀ ਆਏ ਫਿਰ ਦੇ ਕੇ ਮੁੱਖ ਹੁਕਮ ਫਰਿਸ਼ਤਿਆਂ ਨੂੰ ਸਜਦਾ ਖਾਕੀਆਂ ਨੂੰ ਕਰਵਾਇਆ ਆਨਾ ਖੈਰਨ ਬੋਲਿਆ ਇੱਕ ਨਾਰੀ ਉਹਨੂੰ ਤੌਕ ਲਾਨਤ ਗੱਲ ਦੇ ਪਾ ਇੱਕੋ ਨੀ ਨਾ ਆਪੇ ਹੀ ਆਉਂਦਾ ਇਹ ਤੋਂ ਬਗੈਰ ਕਿਸੇ ਨੂੰ ਰੇਟਾ ਨਹੀਂ ਅਤੇ ਆਪੇ ਹੀ ਪਿਆਂਦਾ ਰੇਟਾ ਕਰਨਾ ਡੰਡਾ ਭਰਦੀ ਜਾਈਏ ਛੋਲੀ ਜਾਈਏ ਛੋਲੀ ਜਾਈਏ ਕੁਛ ਛੇਲਾ ਲੈਣੇ ਜਾਂਦੇ ਵਿੱਚ ਕੀ ਮਾਲਕ ਨੇ ਉਹ ਲੱਗ ਸਯੂਦ ਨੂੰ ਵਾਂਢੀ ਕੱਢ ਛੱਡੀ ਸਰ।